ਹੋਈ ਹੈ। ਇੱਕ ਇਹ ਕਹਿੰਦੇ ਨੇ ਕਿ ਅਸੀਂ ਸਿੱਖਾਂ ਦੀ ਬੜੀ ਨਮਾਇਆ ਜਮਾਤ ਅਕਾਲੀ ਦਲ ਹੈ, ਦੂਸਰਾ ਅਸੀਂ ਕਿਸਾਨਾਂ ਦੇ ਬਹੁਤ ਹਮਦਰਦੀ ਹੈ। ਹੁਣ ਮੈਂ ਦੋਨੇ ਹੀ ਗੱਲਾਂ ਦਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜੋ ਧਰਤੀ ਹੈ ਤਰਨ ਤਾਰਨ ਸਾਹਿਬ ਦੀ, ਚਾਰ ਵਾਰੀ ਸ਼੍ਰੋਮਣੀ ਅਕਾਲੀ ਦਲ ਦੀ ਇੱਥੇ ਸਰਕਾਰ ਬਣੀ ਹੈ, ਲੇਕਿਨ ਇਹਨਾਂ ਨੂੰ ਇਹ ਨਹੀਂ ਯਾਦ ਆਇਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਰਸਾਇਆ ਜਿਹੜਾ ਤਰਨ ਤਾਰਨ ਹੈ ਇਸ ਨੂੰ ਜ਼ਿਲ੍ਹਾ ਦਾ ਜਿਹੜਾ ਦਰਜਾ ਦੇ ਸਕੀਏ। ਇਹ ਦਰਜਾ ਉਦੋਂ ਦੇ ਨਹੀਂ ਸਕੇ ਜੋ ਮੈਂ ਸਮਝਦਾ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋ ਸ਼ਹੀਦ ਹੋਏ ਬੇਟੇ ਉਹਨਾਂ ਦਾ ਜਿਹੜਾ ਜ਼ਿਲ੍ਹਾ ਹੈ ਫਤਿਹਗੜ੍ਹ ਸਾਹਿਬ ਉਸ ਨੂੰ ਵੀ ਇਹ ਬਣਾ ਨਹੀਂ ਸਕੇ, ਮੁਕਤਸਰ ਨੂੰ ਵੀ ਇਹ ਜਿਹੜਾ ਨਹੀਂ ਜਿਹੜਾ ਬਣਾ ਸਕੇ, ਕਿਉਂਕਿ ਜਦੋਂ ਵੀ ਇਹਨਾਂ ਦੀ ਸਰਕਾਰ ਬਣਦੀ ਹੈ ਇਹ ਬਾਕੀ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਭੁੱਲ ਜਾਂਦੇ ਨੇ। ਫਿਰ ਇਹਨਾਂ ਨੂੰ ਨਾ ਧਰਮ ਯਾਦ ਆਉਂਦਾ ਹੈ, ਨਾ ਇਹਨਾਂ ਨੂੰ ਕਿਸਾਨ ਯਾਦ ਆਉਂਦੇ ਨੇ, ਨਾ ਪੰਜਾਬ ਦਾ ਗਰੀਬ ਮਜ਼ਦੂਰ ਯਾਦ ਆਉਂਦਾ ਹੈ, ਨਾ ਇਹਨਾਂ ਨੂੰ ਦਲਿਤ ਯਾਦ ਆਉਂਦੇ ਨੇ। ਫਿਰ ਇਹਨਾਂ ਨੂੰ ਯਾਦ ਆਉਂਦਾ ਆਪਣਾ ਪਰਿਵਾਰ ਕਿ ਮੈਂ ਆਪਣੇ ਪਰਿਵਾਰ ਨੂੰ ਕਿਸ ਤਰ੍ਹਾਂ ਪਾਲਣਾ ਹੈ। ਆ ਕੱਲ ਦੀ ਖਬਰਾਂ ਦੇ ਵਿੱਚ ਆ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਡਿਪਟੀ ਚੀਫ ਮਿਨਿਸਟਰ ਬਣਾਉਣ ਵਾਸਤੇ ਬਾਦਲ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਹਦਾ ਲੜਕਾ ਪੰਜਾਬ ਦਾ ਡਿਪਟੀ ਚੀਫ ਮਿਨਿਸਟਰ, ਉਹਦਾ ਜਵਾਈ ਫੂਡ ਸਪਲਾਈ ਮਿਨਿਸਟਰ, ਉਹਦਾ ਭਤੀਜਾ ਫਾਈਨੈਂਸ ਮਿਨਿਸਟਰ, ਸਾਰੇ ਦਾ ਸਾਰਾ ਜਿਹੜਾ ਪਬਲਿਕ ਰਿਲੇਸ਼ਨ ਜਿਹੜਾ ਮਿਨਿਸਟਰ, ਤੋਂ ਮੈਂ ਸਮਝਦਾ ਕਿ ਅੱਜ ਉਹਨਾਂ ਜਿਹੜੇ ਅਕਾਲੀ ਦਲ ਦੇ ਮਹਾਨ ਯੋਧੇ ਸਰਦਾਰ ਊਧਮ ਸਿੰਘ ਜੀ ਨਾ ਕਹੋਗੇ ਸਰਦਾਰ ਮੋਹਨ ਸਿੰਘ ਜੀ ਤੋੜ, ਜਿਹਨਾਂ ਨੇ ਪੰਥ ਲਈ ਬੜਾ ਕੁਛ ਵਾਰਿਆ, ਅੱਜ ਉਹਨਾਂ ਦੀਆਂ ਜਿਹੜੀਆਂ ਰੂਹਾਂ ਹੈ ਉਹ ਸਵਰਗ ਦੇ ਵਿੱਚ ਬੈਠ ਕੇ ਗੱਲ ਕਰਨੀਆਂ ਆਉਣਗੀਆਂ ਕਿ ਕੀ ਅਸੀਂ ਜਿਹੜਾ ਪੰਥ ਹੈ ਇਸ ਕਰਕੇ ਛੱਡ ਕੇ ਗਏ ਸੀ ਕਿ ਇੱਥੇ ਇੱਕੋ ਪਰਿਵਾਰ ਦਾ ਜਿਹੜਾ ਰਾਜ ਹੋ ਜਾਵੇ। ਜਿਹੜੇ ਗਰੀਬ ਲੋਕ ਨੇ ਜਿਹਨਾਂ ਨੇ ਪੰਥ ਲਈ ਬੜੀਆਂ ਕੁਰਬਾਨੀਆਂ ਕੀਤੀਆਂ, ਪੰਜਾਬ ਨੇ ਬੜੀਆਂ ਕੁਰਬਾਨੀਆਂ ਕੀਤੀਆਂ, ਅੱਜ ਲੋਕ ਉਹ ਨਜ਼ਰ ਨਹੀਂ ਆ ਰਹੇ, ਅੱਜ ਉਹ ਲੋਕ ਨਜ਼ਰ ਆ ਰਹੇ ਨੇ ਕਾਕੇ ਅੰਗਰੇਜ਼ੀ ਬੋਲਣ ਵਾਲੇ ਲੋਕ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਔਰ ਜਿਹੜੇ ਜਿੰਨੇ ਵੀ ਸਹਿਯੋਗੀ ਹੈ ਉਹਦੇ ਆਲੇ ਦੁਆਲੇ ਦੇ ਜਿੰਨੇ ਵੀ ਲੋਕ ਨੇ ਬੈਠ ਕੇ ਇਸ ਪੰਜਾਬ ਨੂੰ ਅੱਜ ਲੁੱਟਣ ਦੀ ਜਿਹੜੀ ਯੋਜਨਾ ਬਣਾ ਰਹੇ ਨੇ। ਦੂਜੇ ਪਾਸੇ ਕਿਸਾਨ ਹੈ, ਜਦੋਂ ਵੀ ਕੋਈ ਗੱਲ ਹੁੰਦੀ ਹੈ ਜੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਬਾਂਹ ਫੜੀ ਹੈ ਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੇ 70,000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਦੇਸ਼ ਦੇ ਕਿਸਾਨਾਂ ਦਾ ਮਾਫ ਕੀਤਾ ਹੈ, ਔਰ ਜਦੋਂ ਪੰਜਾਬ ਦੇ ਵਿੱਚ ਆਹ ਜਿਹੜਾ ਝੋਨਾ ਜਦੋਂ ਚੁੱਕਿਆ ਜਾ ਰਿਹਾ ਸੀ ਪਿਛਲੀ ਵਾਰੀ, ਅਸੀਂ ਡਾਕਟਰ ਮਨਮੋਹਨ ਸਿੰਘ ਜੀ ਨੂੰ ਮੰਗ ਕੀਤੀ ਜਾ ਕੇ ਕਿ ਕਿਸਾਨ ਬੜੀ ਮਜ਼ਦੂਰੀ ਨਾਲ ਮਿਹਨਤ ਦੇ ਨਾਲ ਸਾਰੀਆਂ ਆਪਣੀਆਂ ਜਿਨਸਾਂ ਫਸਲਾਂ ਪਾਲਦਾ ਹੈ, ਤੁਸੀਂ ਇੱਥੇ ਬੋਨਸ ਦਿਓ, ਸਾਡੀ ਰਿਕੁਐਸਟ ਦੇ ਉੱਤੇ 50 ਰੁਪਏ ਬੋਨਸ ਦਿੱਤਾ। ਅਸੀਂ ਪੰਜਾਬ ਦੀ ਸਰਕਾਰ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਤੋਂ ਕਿਹਾ ਕਿ ਤੁਸੀਂ ਵੀ ਮਹਾਰਾਜ ਕੋਈ ਪੰਜਾਬ ਦੇ ਕਿਸਾਨਾਂ ਦੇ ਬੜੇ ਅਟੈਚੀ ਹੋ, ਕੋਈ 10 ਰੁਪਏ 20 ਰੁਪਏ 50 ਰੁਪਏ ਤੁਸੀਂ ਵੀ ਬੋਨਸ ਦਿਓ। ਉਹਨਾਂ ਨੇ ਕਿਹਾ ਨਹੀਂ ਸਾਡੇ ਕੋਲ ਬੋਨਸ ਦੇਣ ਨੂੰ ਕੁਛ ਨਹੀਂ, ਜਿਹੜਾ 50 ਰੁਪਏ ਬੋਨਸ ਡਾਕਟਰ ਮਨਮੋਹਨ ਸਿੰਘ ਜੀ ਨੇ ਦਿੱਤਾ ਉਹਨਾਂ ਚੱਕਾਂ ਦੇ ਉੱਤੇ ਆਪਣੀ ਫੋਟੋ ਲਾ ਕੇ ਆਪਣੇ ਜਵਾਈ ਦੀ ਫੋਟੋ ਲਾ ਕੇ ਉਹ ਅੱਜ ਲੋਕਾਂ ਨੂੰ ਜਿਹੜਾ ਤਕਸੀਮ ਜਿਹੜਾ ਕੀਤਾ ਜਾ ਰਿਹਾ ਹੈ। ਮੈਂ ਸਮਝਦਾ ਕਿ ਅੱਜ ਪੰਜਾਬ ਦੇ ਅੰਦਰ ਇਹ ਸਰਕਾਰ ਜਿਹੜੀ ਬੀਜੇਪੀ ਔਰ ਅਕਾਲੀ ਦਲ ਦੀ ਚੱਲ ਰਹੀ ਹੈ ਜਿਸ ਨੇ ਕਿਸੇ ਵੀ ਵਰਗ ਦੇ ਨਾਲ ਅੱਜ ਤੱਕ ਦੋ ਸਾਲ ਦੇ ਸਮੇਂ ਦੇ ਵਿੱਚ ਕੋਈ ਵਿਕਾਸ ਦਾ ਕੰਮ ਜਿਹੜਾ ਕੀਤਾ ਹੋਵੇ, ਆਹ ਤੁਸੀਂ ਤੇ ਸਾਹਮਣੇ ਬੈਠੇ ਹੋ ਬਾਂਹ ਖੜੀ ਕਰਕੇ ਦੱਸ ਸਕਦੇ ਹੋ ਕਿ ਸਾਡੇ ਪਿੰਡਾਂ ਦੇ ਵਿੱਚ ਕੀ ਵਿਕਾਸ ਹੋਇਆ। ਅੱਜ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਇਹ ਸਰਕਾਰ